ਅੰਗਰੇਜ਼ਾਂ ਨੇ ਉਹਨਾਂ ਦੇ ਕਬੂਤਰਾਂ ਦਾ ਰੇਟ ਜਿਹੜਾ ਹੈ ਉਹ 7-7 ਕਰੋੜ ਰੁਪਏ ਲਗਾਇਆ ਇਹ ਹੈ ਜੀ ਸਾਡੇ ਹਰੀਆਂ ਅੱਖ ਵਾਲੇ ਜਿਨ੍ਹਾਂ ਦਾ 7 ਕਰੋੜ ਰੁਪਈਆ ਗੋਰੀਆਂ ਨੇ ਲਾਇਆ ਸੀ ਜੇ ਉਹ ਕਹਿੰਦੇ ਨਾ ਮੈਂ 7 ਕਰੋੜ ਰੁਪਈਆ ਲੈ ਲਵਾਂ ਤੂ ਤਾਂ ਕਹਿੰਦੇ ਖਾਦਾ ਜਾਣਾ ਪੀਤਾ ਜਾਣਾ ਸੀ ਮੈਂ ਐਸ਼ ਤਾਂ ਕਰ ਲੈਣਾ ਪਰ ਆਹ ਸ਼ਾਇ ਜਿੰਦਗੀ ਨਹੀਂ ਮਿਲਨੀ ਸੀ ਜਿਹੜੇ ਮੀਡੀਆ ਵਾਲੇ ਰੋਜ਼ ਤੁਰੇ ਆਂਦੇ ਮੇਰੇ ਘਰ ਖਵਾਰਾਂ ਵਾਲੇ ਤੁਰੇ ਦਿੰਦੇ ਇਹਨਾਂ ਦੀ ਮੇਕੋ ਝਾਲਮੀ ਪੀੜੀ ਚੱਲਦੀ ਪਈ 40 ਪੀੜੀਆਂ ਇਹਨਾਂ ਦੇ ਦਾਦੇ ਪੋਤੇ ਦਾਦੇ ਪਰੋਤੇ ਪਰਾਤੇ ਸਾਰੇ ਚੱਲਦੇ ਪਏ ਸਾਰੀ ਨਸਲ ਮੇਕੋ ਆ ਜੀ ਪੰਜਾਬ ਚ ਜਾਂ ਫਿਰ ਦੇਸ਼ਿਕਤੇ ਨਹੀਂ ਹੈ ਕਿਸੇ ਨਹੀਂ ਮੈਂ ਚੈਲੰਜ ਕਰਨ ਤੇ ਰਿਆ ਤੁਹਾਡੇ ਦਾ ਵੀ ਮੇ ਕੋ ਨਸਲ ਹੈ ਇਹ ਕਿਸੇ ਕੋ ਨਹੀਂ ਹੈ ਜੇ ਕਿਸੇ ਨੇ ਕੱਢ ਤੀ ਫੇਰ ਉਹ ਕੱਢ ਦੇਵੇਂ ਉਹ ਪਰ ਹੋਰ ਨਸਲ ਦੇ ਕੱਢੂਗਾ ਐਸ ਨਸਲ ਨਹੀਂ ਕੱਢੂ ਇਹ ਵੀ ਦੱਸ ਦਉ ਤੁਹਾਨੂੰ ਮੈਂ ਇਹ ਅੱਖਾਂ ਦੇ ਜਾਲਦਾਰ ਸ਼ਾਸਰੇ ਕਲਚਰੇ ਝੀਰੇ ਇਹ ਮੇ ਕੋ ਹੀ ਹੈ ਪਾਕਿਸਤਾਨ ਤੇ ਇਹਨਾਂ ਦਾ 50000 ਰੁਪਇਆ ਮੈਨੂੰ ਮੁੱਲ ਦਿੰਦੇ ਪਏ ਜੁੜੇ ਦਾ ਉਹ ਕਹਿੰਦੇ ਦੇ ਦਿਓ ਮੈਂ ਦਿੰਦਾ ਹੀ ਨਹੀਂ ਪਿਆ ਇਹ ਪੁੱਤਰ ਮੇਰਾ ਹਿੰਦੀ ਫਿਲਮ ਦੇ ਵਿੱਚ ਬਹੁਤ ਕੰਮ ਕਰ ਗਿਆ ਪੰਜਾਬੀ ਚ ਵੀ ਕਰ ਗਿਆ ਇੱਥੇ ਗੜਾਸਾ ਜੱਟ ਦਾ ਬਣੀ ਸੀ ਕਰਤਾਰਪੁਰ ਆ ਦੇਖੋ ਇਹਨੂੰ ਪਿਓਰ ਮਲਵਈ ਕਹਿੰਦੇ ਆ ਇਹ ਕਾਲੀਆਂ ਅੱਖਾਂ ਦੇ ਆ ਮੀਰਾਵਾਲੇ ਇਹ ਚਟੀਆਂ ਅੱਖਾਂ ਦੇ ਜਿਹੜੇ ਜੰਟੇ ਵਾਲੇ ਆ ਜੰਡੇ ਭਾਜੀ ਵਾਲੇ ਇਸ਼ਾਰੇ ਤੇ ਉਹ ਜਿਹਦਾ ਉਹ ਤੁਹਾਡੀ ਸ਼ਰਟ ਪਾਈ ਹੋਈ ਹੈ ਨਾ ਇਹ ਸ਼ਰਟ ਪਾਉਂਗੇ ਤਾਂ ਹੀ ਬਹਿਣਾ ਨਹੀਂ ਤੇ ਉੜਦਾ ਰਹਿਣਾ ਇਹ ਸ਼ਰਟ ਲਾ ਕੇ ਅੰਦਰ ਆ ਦੇਣੀ ਹੈ ਜਦੋਂ ਇਹ ਪਾਉਂਗੇ ਸ਼ਾਮੀ ਉਦੋਂ ਬਹਿਣਾ ਤੋਂ ਤੱਕ ਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਚਾਚੇ ਤਾਏ ਜਾਂ ਫਿਰ ਉਹਨਾਂ ਦੇ ਭਰਾਵਾਂ ਦੇ ਨਾਲ ਇਸ ਵਿਅਕਤੀ ਨੇ ਆਪਣੇ ਕਬੂਤਰਾਂ ਦੀ ਆਵਾਜ਼ੀਆਂ ਲਗਾਈਆਂ ਨੇ ਇਹ ਇਲਾਕੇ ਆ ਪਿਓਰ ਆ ਇਹ ਪਿਓਰ ਨਸਲਾ ਜਿਹੜੀ ਇਹ ਉਹਨਾਂ ਦੀ ਬਾਦਲਾਂ 'ਚ ਟੱਪਰਦੀ ਹੈ ਆ ਬੱਚੀ ਹੈ ਇਹਨਾਂ ਦੇ ਮਾਮਾ ਮਰਜਨ ਨ ਆਪਣੇ ਮੂੰਹ ਦੇ ਵਿੱਚ ਦਾਣਾ ਪਾ ਕੇ ਪਾਣੀ ਭਰ ਕੇ ਗਾਲਣਾ ਗਾਲਣਾ ਫਿਰ ਇਹਦੇ ਪੂੜ ਦੇ ਵਿੱਚ ਪਾਣਾ ਦੇਖਿਓ ਇਹਦਾ ਪੂੜ ਕਿਦਾਂ ਫੁੱਲਦਾ ਫਿਰ ਮੈਂ ਉਹਦੇ ਵਿੱਚ ਵੀ ਕਬੂਤਰ ਉਡਾ ਕੇ ਕਮਾਲ ਦਿਖਾਤੇ 520 ਕੈਂਟ ਡਾਏ ਤੇ ਰਾਤ ਨੂੰ ਕਬੂਤਰ ਬੈਠੇ ਤੇ ਉਦੋਂ ਵੀ ਜਿੱਤ ਗਲੇ ਮੈਂ ਸੱਚੀ ਕਾਲ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਆ ਰਾਹੁਲ ਕਾਲਾ ਅੱਜ ਤੁਹਾਨੂੰ ਅਸੀਂ ਉਸ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੇ ਕਬੂਤਰਾਂ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ ਇੱਥੋਂ ਤੱਕ ਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਚਾਚੇ ਤਾਏ ਜਾਂ ਫਿਰ ਉਹਨਾਂ ਦੇ ਭਰਾਵਾਂ ਦੇ ਨਾਲ ਇਸ ਵਿਅਕਤੀ ਨੇ ਆਪਣੇ ਕਬੂਤਰਾਂ ਦੀਆਂ ਆਵਾਜ਼ੀਆਂ ਲਗਾਈਆਂ ਨੇ ਜਾਂ ਫਿਰ ਕਹਿ ਲਵੋ ਕਿ ਅੰਗਰੇਜ਼ਾਂ ਨੇ ਉਹਨਾਂ ਦੇ ਕਬੂਤਰਾਂ ਦਾ ਰੇਟ ਜਿਹੜਾ ਹੈ ਉਹ 7-7 ਕਰੋੜ ਰੁਪਏ ਲਗਾਇਆ ਅਸੀਂ ਜਲੰਧਰ ਦੇ ਵਿੱਚ ਪਹੁੰਚੇ ਆ ਉਸ ਵਿਅਕਤੀ ਦੇ ਨਾਲ ਮਲਾਉਂਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਕਿ ਉਹ ਕਿਹੜੇ ਕਬੂਤਰ ਹੈ ਜਿਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਵਿੱਚ ਕੰਮ ਕੀਤਾ ਤੇ ਨਾਲ ਹੀ ਨਾਲ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰਾਂ ਦੇ ਨਾਲ ਬਾਜ਼ੀਆਂ ਲਗਾਈਆਂ ਨੇ ਆਓ ਚੱਲਦੇ ਆ ਹੁਣ ਆਸੀਂ ਪਹੁੰਚੇ ਆ ਸਰਵਣ ਸਿੰਘ ਕਲੇਰ ਬਾਈ ਹੋਰਾਂ ਤੋਂ ਜਿਨ੍ਹਾਂ ਨੇ ਕਬੂਤਰ ਰੱਖੇ ਨੇ ਮੇਰੇ ਹੱਥ ਦੇ ਵਿੱਚ ਵੀ ਕਬੂਤਰ ਕਾਲਾ ਆ ਤੇ ਗੱਲਬਾਤ ਵੀ ਕਰਦੇ ਆ ਬਾਈ ਦੇ ਨਾਲ ਬਾਈ ਜੀ ਜਿਹੜੇ ਸਭ ਤੋਂ ਪਹਿਲਾਂ ਫੜਿਆ ਕਬੂਤਰ ਇਹ ਕਿਹੜੇ ਹੈਗੇ ਆ ਏ ਬੇਟੇ ਜਿੱਦਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਕਬੂਤਰਾਂ ਨੇ ਸਾਡੇ ਜਿੱਦਾਂ ਹਾਲੀਵੁੱਡ ਤੋਂ ਲੈ ਕੇ ਪੰਜਾਬੀ ਫਿਲਮਾਂ ਚ ਤੇ ਕਾਫੀ ਕੰਮ ਕੀਤਾ ਇਸ ਕਬੂਤਰਾਂ ਨੇ ਤਾਂ ਦੁਖਾਨੇ ਪਏ ਸੀ ਇਹ ਕਬੂਤਰ ਮੇਰਾ ਹਿੰਦੀ ਫਿਲਮਾਂ ਦੇ ਵਿੱਚ ਬਹੁਤ ਕੰਮ ਕਰ ਗਿਆ ਪੰਜਾਬੀ ਚ ਵੀ ਕਰ ਗਿਆ ਇੱਥੇ ਗੰਡਾਸਾ ਜੱਟ ਦਾ ਬਣੀ ਸੀ ਕਰਤਾਰਪੁਰ ਉੱਚ ਕੀਤਾ ਸੀ ਫਿਰ ਥੇ ਡੀ.ਆਈ. ਦੀ ਕੋਠੀ ਬਣੀ ਇੱਕ ਫਿਲਮ ਇਹਦੇ ਪੰਜਾਬੀ ਉਹ ਆਈ ਸੀ ਦ੍ਰਿਸ਼ੀ ਸਿੰਘ ਉਦੋਂ ਵੀ ਇਨੇ ਖੰਭ ਕੀਤਾ ਉਹ ਕੁੜੀ ਦਾ ਮੈਨੂੰ ਯਾਦ ਆਲੇ ਉਹ ਦ੍ਰਿਸ਼ੀ ਸਿੰਘ ਹਿੰਦੀ ਫਿਲਮਾਂ 'ਚ ਆਈ ਸੀ ਤੇ ਪੰਜਾਬੀ 'ਚ ਵੀ ਆਈ ਸੀ ਤੇ ਉਦੋਂ ਮੇਰੇ ਕਬੂਤਰਾਂ ਨੇ ਕਾਫੀ ਕੰਮ ਕੀਤਾ ਸੀ ਤੁਹਾਨੂੰ ਮੈਂ ਉਦੋਂ ਉਹਨਾਂ ਦੇ ਹੱਥਾਂ 'ਤੇ ਵੀ ਬਿਠਾਇਆ ਸੀ ਇਹਨੂੰ ਤੇ ਇਹਨੂੰ ਕਵਰ ਕੀਤਾ ਸੀ ਮਾਈ ਵੀ ਕਮਾਈ ਕਰਕੇ ਦਿੱਤੇ ਕਮਾਉ ਪੋਤਾ ਫਿਰ ਕਬੂਤਰ ਇੰਨੇ ਕਮਾਉ ਤੇ ਨਹੀਂ ਆਪਾਂ ਦਾ ਪਿਆਰ ਨਾਲ ਕਿਤੇ ਨਹੀਂ ਮੇਰਾ ਐਕਟਰ ਵਾਕੂ ਸੀਗਾ ਤੇ ਮੈਂ ਦੇ ਦਿੱਤਾ ਚਲੋ ਕਰ ਲਓ ਵੀ ਸ਼ੂਟਿੰਗ ਤੇ ਸ਼ੌਂਕ ਹੁੰਦਾ ਵੀ ਸਾਡਾ ਫਿਲਮਾਂ 'ਚ ਕਬੂਤਰ ਆਵੇਂ ਭਾਈ ਕਿੰਨੇ ਤਰ੍ਹਾਂ ਦੇ ਤੁਹਾਡੇ ਤੋਂ ਕਬੂਤਰ ਹੈਗੇ ਕਬੂਤਰ ਜੀ ਮੇ ਕੋ ਘਾਟੋ ਘਾਟੇ 10 15 ਨਸਲਾਵਾ ਜਿਹੜੀਆਂ ਮੇਰੀ ਇਹ ਫੇਮਸ ਨਸਲਾ ਇੱਕ ਮਲਵਈ ਆ ਜਿਹੜੇ ਮਲਵਈ ਕਬੂਤਰ ਜਿਹੜੇ ਮਾਲਵੇਆ ਦੇ ਆ ਉਹ ਸਕਵੀਰ ਸਿੰਘ ਬਾਦਲ ਬਾਦਲ ਦੇ ਪਰਵਾਦ ਚੋਂ ਆ ਜਿੱਦਾਂ ਆਪਣਾ ਮਨੋਨ ਸਿੰਘ ਬਾਦਲ ਹੋਇਆ ਦੂਜਾ ਹੋਇਆ ਇਨਾਂ ਦੇ ਨਾਲ ਮੈਂ ਮੁਕਾਬਲੇ ਵੀ ਕਿਸੇ ਵੇਲੇ ਲੜਦਾ ਹੁੰਦਾ ਹੁੰਦਾ ਸੀਗਾ ਅਜ ਤੋਂ 40 ਸਾਲ ਪਹਿਲਾਂ ਇਨਾਂ ਨਾਲ ਮੁਕਾਬਲੇ ਵੀ ਮੇਰੇ ਕਾਫੀ ਪਿੰਡਾਂ ਚੋਂ ਸੀ ਰੋਮੀ ਪਿੰਡ ਲੀਰਾ ਪਿੰਡ ਤਾਰੇਵਾਲ ਮੈਂ ਇਧਰ ਜਾਂਦਾ ਹੁੰਦਾ ਨਹੀਂ ਪਿੰਡਾਂ 'ਚ ਮੁਕਾਬਲੇ ਲੈਣ ਤੇ ਉਦੋਂ ਮੁਕਾਬਲੇ ਸਾਡੇ ਸ਼ਾਮ ਨੂੰ ਕਬੂਤਰ ਬੰਦੇ ਸੀਗੇ ਤੇ ਰਾਤ ਨੂੰ ਹੀ ਮੈਂ ਸਾਡੇ 7-7 ਦੇ 8 ਵੇ ਕਬੂਤਰ ਲਾ ਕੇ ਲਿਆਂਦਾ ਹੁੰਦਾ ਸੀਗਾ ਬਾਦਲ ਸਾਹਿਬ ਵੱਡੇ ਵੀ ਛੋਟੇ ਵੀ ਆਂਦੇ ਰਹੇ ਨਹੀਂ ਨਹੀਂ ਜਿੱਦਾਂ ਆਪਣੇ ਬਾਦਲ ਸਾਹਿਬ ਦੇ ਚਾਚੇ ਤਾਇਆ ਦੇ ਮੁੰਡੇ ਆ ਉਹ ਸਾਰੇ ਕਰਦੇ ਸੀ ਮੁਕਾਬਲੇ ਅੱਛਾ ਇਹਨਾਂ ਮਦਦ ਸ਼ੌਂਕ ਬਾਦਲਾਂ ਨੂੰ ਵੀ ਹੈਗਾ ਹੈ ਇਹ ਬਾਦਲਾਂ ਦੇ ਖਾਨਦਾਨੀ ਸ਼ੌਂਕ ਆ ਇਹ ਤਾਂ ਅਸੀਂ ਚੈਲੰਜ ਕਰਕੇ ਕਹਿੰਦੇ ਆ ਵੱਡੇ ਬਾਦਲ ਸਾਹਿਬ ਨਾਲ ਕਈ ਵਾਰੀ ਫੋੜਾਂ ਆਈਆਂ ਸਾਡੀਆਂ ਕਈ ਵੇਰ ਨਾਲ ਕਬੂਤਰ ਫੜ ਵਰਗੇ ਫੋੜਵਾ ਕਰਾਈਆਂ ਉਹਨਾਂ ਨੇ ਤੇ ਹੋਰ ਕਿਹੜੀ-ਕਿਹੜੀ ਨਸਲ ਹੈਗੀ ਇੱਕ ਵਾਰ ਜਿਹੜੇ ਇੱਥੇ ਆਪਾਂ ਮੌਜੂਦ ਆ ਇਹ ਦਿਖਾਓ ਕਿਹੜੇ-ਕਿਹੜੇ ਹੈਗੇ ਤੁਹਾਡੇ ਕੋਲ ਜੀ ਪਹਿਲੇ ਜਿਹੜੇ ਤੁਹਾਨੂੰ ਦਿਖਾਵਾਂ ਇਹ ਸਾਰੇ ਪਿਓਰ ਮਲਵਈ ਆ ਮਾਲਵੇ ਦੇ ਇਹ ਤੁਹਾਨੂੰ ਫੜ ਕੇ ਦਿਖਾਈ ਜਨਾਂ ਆ ਦੇਖੋ ਇਹਨੂੰ ਪਿਓਰ ਮਲਵਾਈ ਕਹਿੰਦੇ ਆ ਇਹ ਕਾਲੀਆਂ ਅੱਖਾਂ ਦੇ ਆ ਮੀਰਾਵਾਲੇ ਪਲਕਾਂ ਵਿੱਚ ਚਟੀਆਂ ਆ ਹਾਂ ਪਲਕਾਂ ਚਟੀਆਂ ਇਹਨੂੰ ਮੀਰਾਵਾਲੇ ਕਹਿੰਦੇ ਉੱਥੇ ਇੱਕ ਮੀਰਾਵਾਲਾ ਦਾ ਉਸਤਾਦ ਬੰਬੂ ਸ਼ੂਰ ਹੋਇਆ ਸੀ ਉਹਨਾਂ ਦੇ ਕਬੂਤਰ ਤੇ ਆ ਤੁਹਾਨੂੰ ਮੈਂ ਪੀਲੀਆਂ ਅੱਖਾਂ ਦਿਖਾਣਾ ਆ ਮੈਂ ਫੜ ਲਿਆ ਜੀ ਕਬੂਤਰ ਕੋਈ ਨਹੀਂ ਹੋਰ ਆ ਜਾਂਦੇ ਆ ਬਥਰੇ ਕਬੂਤਰ ਇਹ ਚਟੀਆਂ ਅੱਖਾਂ ਦੇ ਜੀ ਜਿਹੜੇ ਜੰਟੇ ਵਾਲੇ ਆ ਜੰਟੇ ਭਾਜੀ ਵਾਲੇ ਇਹ ਪਿਓਰ ਕਬੂਤਰ ਆ ਇਹ ਬਹੁਤ ਉੜਦੇ ਆ ਇਹ ਜੇ ਇਹਨਾਂ ਦਾ ਬੱਚਾ ਕਢਾ ਕੇ ਢਾ ਦਈਏ ਟੂਰਨਾਮੈਂਟ 'ਚ ਛਾਉਣੀ ਪੈਂਦਾ ਇਸ਼ਾਰੇ ਤੇ ਉਹ ਜਿੱਦਾਂ ਤੁਹਾਡੀ ਸ਼ਰਟ ਪਾਈ ਹੋਈ ਹੈ ਨਾ ਇਹ ਸ਼ਰਟ ਪਾਉਂਗੇ ਤਾਂ ਹੀ ਬਹਿਣਾ ਨਹੀਂ ਤਾਂ ਉੜਦਾ ਰਹਿਣਾ ਇਹ ਸ਼ਰਟ ਲਾ ਕੇ ਅੰਦਰ ਆਖ ਦੇਣੀ ਆ ਜਦੋਂ ਇਹ ਪਾਉਂਗੇ ਸ਼ਾਮੀ ਉਦੋਂ ਬਹਿਣਾ ਨੇ ਅੱਛਾ ਮਤਲਬ ਬਿਨਾ ਸ਼ਰਟ ਤੋਂ ਮਾਲਕ ਨੂੰ ਨਹੀਂ ਪਛਾਣਦਾ ਨਹੀਂ ਸ਼ਰਟ ਨਹੀਂ ਤਾਂ ਇੱਕ ਉਹ ਗੁਰੂ ਹੜਕਾਣੇ ਪਤਲ ਦੇ ਉਹ ਛਤਰੀ ਦੇ ਉੱਤੇ ਲਾ ਕੇ ਤਦੋਂ ਦੇ ਨੇ ਬਹਿਣਾ ਇਹ ਮਾਲਕ ਦਾ ਆਪਣਾ ਦੇਖਦਾ ਵੀ ਕੱਪੜੇ ਵੀ ਪਾਏ ਆ ਵੀ ਹੋਰ ਕੋਈ ਦਿਨ ਤੁਰਿਆ ਫਿਰਦਾ ਅੱਛਾ ਮਾਲਕ ਦੀ ਪਛਾਣ ਵੀ ਰੱਖਦਾ ਬਿਲਕੁਲ ਬਿਲਕੁਲ ਮਾਲਕ ਦੀ ਬਿਲਕੁਲ ਇੰਨੀ ਪਛਾਣ ਆ ਮੈਂ ਦੱਸਦਾ ਨਹੀਂ ਆ ਛੋੜਾ ਜਿਹਾ ਬੱਚਾ ਸੀ ਹੱਥਾਂ ਦੇ ਪਾਲੀ ਦਾ ਉਹਨੂੰ ਸਿਖਾਈਦਾ ਫਿਰ ਬੱਚੇ ਪਛਾਣ ਕਰਦੇ ਕਬੂਤਰ ਦੀ ਮਾਲਕ ਦੀ ਅੱਛਾ ਭਾਈ ਜੀ ਜਿਹੜੇ ਬੱਚੇ ਹੁੰਦੇ ਆ ਜੇ ਉਹਨਾਂ ਦੀ ਮਾਂ ਮਰ ਜਵੇ ਜਾਂ ਫਿਰ ਉਹਨਾਂ ਦੇ ਕੋ ਫਿਰ ਦਾਣਾ ਕਿਵੇਂ ਦਿੱਤਾ ਜਾਂਦਾ ਉਹ ਮੈਂ ਤੁਹਾਨੂੰ ਦੁਹਾਨਾ ਬਾਹਰ ਲਿਆ ਕੇ ਤੇ ਉਹ ਵੀ ਦੱਸਦਾ ਕਿਦਾਂ ਬੱਚਾ ਮਾਂ ਮਾਂ ਮਰ ਜਾਂਦੇ ਆ ਉਹ ਕਿਦਾਂ ਪਾਲਿਆ ਜਾਂਦਾ ਇਹ ਜੀ ਆਪਣੇ ਸਾਡੇ ਮੋਹਨ ਸਿੰਘ ਬਾਦਲ ਦੇ ਘਰ ਦੇ ਆ ਜਿਹੜੇ ਪਿਓਰ ਆ ਮੇਰੇ ਕੋ ਇਹ ਇੰਨੇ ਕਬੂਤਰ ਇਹਨਾਂ ਦੇ ਬੱਚੇ ਉੱਡਦੇ ਨਾ ਮੈਂ ਤੁਹਾਨੂੰ ਹੀ ਦੱਸਦਾ ਜੀ ਬੱਚਾ ਹੀ ਛੋੜਾ ਇਹ ਲਾ ਲਈ ਨਾ ਤੀਜੀ ਕਲੀ ਦਾ ਚੌਥੀ ਦਾ ਤੇ ਸ਼ਾਮ ਨੂੰ ਵੀ ਬਹਿੰਦਾ ਛਤਰੀ ਤੇ ਘੰਗੂਰ ਰਕਾਈ ਦੇ ਰਾਤ ਨੂੰ ਨੇਰੋਏ ਬਹਿੰਦੇ ਆ ਤੇ ਕਈ ਵੇ ਮﻘਾਬਲੇ ਮੇਰੇ ਚੀਰ ਲੈਣੇ ਜਿੱਤੇ ਆ ਜਿਹੜੇ ਰਾਤ ਨੂੰ ਅਸੀਂ 1.5 ਵਜੇ ਵੀ ਬਿਠਾਏ ਰਾਤ ਦੇ 1.5 ਵਜੇ ਅੱਛਾ ਸਵੇਰ ਦੇ ਛੱਡੇ ਹੋਏ ਸਵੇਰ ਦੇ ਛੱਡੇ ਹੋਏ 6 ਵਜੇ ਦੇ ਰਾਤ ਦੇ 1.5 ਵਜੇ ਰਾਤ ਨੂੰ ਲਾਏ ਆ ਲਾਈਟਾਂ ਲਾ ਕੇ ਇਨਾਂ ਦੀ ਪਛਾਣ ਕੀ ਹੈਗੀ ਜਿਹੜੇ ਬਾਦਲ ਕੇਦੇ ਹੈਗੇ ਆ ਦੇਖੋ ਆ ਜਿਹੜੀਆਂ ਧਾਰੀਆਂ ਲਾਲ ਆ ਵਿੱਚ ਧਾਰੀਆਂ ਦੀਆਂ ਜਿਹਨੂੰ ਤਿੱਲੀ ਕਹਿੰਦੇ ਆਪਾਂ ਤਿੱਲੀ ਹੈ ਤਿੱਲੀ ਦੇਖਦੇ ਨੇ ਤੁਹਾਨੂੰ ਖੰਭ ਦੇ ਸੈਂਟਰ ਵਾਲਾ ਹੈ ਹਾਂ ਹਾਂ ਇਹਨੂੰ ਤਿੱਲੀ ਕਹਿੰਦੇ ਆਸੀਂ ਇਹ ਇਲਾਕੇ ਆ ਪਿਓਰ ਆ ਇਹ ਪਿਓਰ ਨਸਲ ਆ ਜਿਹੜੀ ਇਹ ਉਹਨਾਂ ਦੇ ਬਾਦਲਾਂ 'ਚ ਟੱਬਰਦੀ ਹੈ ਇਹ ਇਹਦੇ ਨਾਲ ਦੇ ਤੁਹਾਡੇ ਤੋਂ ਕਿੰਨੇ ਬਾਦਲ ਗਿਆ ਦੇ ਇਹ ਜਾਂ ਜੁੜਾ ਹੀ ਹੈ ਮੇਰੇ ਕੋ ਆ ਦੇਖੋ ਆ ਦੇਖੋ ਆਂਡੇ ਦੇ ਬਿੱਠੇ ਕਬੂਤਰੀ ਮੈਂ ਚੱਕ ਰਿਹਾ ਹਾਂ ਆਦਿਲੋ ਸੀਮੀਨ ਹਾਂ ਅੱਛਾ ਜੋੜਾ ਇਹਨਾਂ ਦਾ ਵੀ ਰੱਖਿਆ ਆ ਮੈਂ ਹਰ ਨਸਲ ਮਿਕੋ ਆ ਉਹ ਕਿੱਸਾ ਸੁਣਾਓ ਜਿਹੜਾ 7 ਕਰੋੜ ਦਾ ਤੁਹਾਨੂੰ ਲਗਾਇਆ ਸੀ ਵੀ ਮਾਨੀ ਜੀ ਦੱਸਦੇ ਤੁਹਾਨੂੰ ਕਿੱਸਾ ਉਹ ਨਾਲ ਦਿਖਾਓ ਵੀ ਕਿਹਦਾ 7 ਕਰੋੜ ਕਿਹਦਾ ਵੈਲਿਊ ਲਗਾਤੀ ਸੀ ਔਰ ਤੁਸੀਂ ਮਨਾਂ ਕਰਤਾ 7 ਕਰੋੜ ਲੈਣ ਤੋਂ ਬਿਲਕੁਲ ਜੀ ਮਨਾਂ ਕਰਤਾ ਮੈਂ ਜੇ ਆਪਣੀ ਜ਼ਿੰਦਗੀ 'ਚ ਆਪਾਂ ਗੇਮ ਖੇਡਣੀ ਆ ਫਿਰ ਤੇ ਹਾਸਰ ਕੁਝ ਕਰਨਾ ਹੀ ਪੈਣਾ ਜਾਂ ਪੈਸੇ ਪਿੱਛੇ ਮਰਾਂਗੇ ਤੇ ਜਾਂ ਆਪਣੇ ਨਾਂ ਪਿੱਛੇ ਮਰਾਂਗੇ ਹੁਣ ਅਸੀਂ ਨਾਂ ਪਿੱਛੇ ਮਰੇ ਆ ਹੁਣ ਮੇ ਕੋ ਰੋਜ ਦਿੱਲੀ মিডিਆ ਲੈ ਆਂਦੇ ਆ ਰੋਜ ਦਿੱਲੀ ਘਰ ਮੇ ਦੋ ਚਾਰ মিডিਆ ਲੈ ਪਹੁੰਚੇ ਹੁੰਦੇ ਆ ਤੇ ਕਵਰ ਕਰਕੇ ਲੈ ਜਾਂਦੇ ਆ ਜੇ ਉਹ ਕਹਿੰਦੇ ਨਾ ਮੈਂ 7 ਕਰੋੜ ਰੁਪਇਆ ਲੈ ਲਵਾਂ ਤੋ ਉਹ ਤਾਂ ਕਹਿੰਦੇ ਖਾਦਾ ਜਾਣਾ ਪੀਤਾ ਜਾਣਾ ਸੀ ਮੈਂ ਐਸ਼ ਤਾਂ ਕਰ ਲੈਣਾ ਪਰ ਆ ਸ਼ਾਈ ਜ਼ਿੰਦਗੀ ਨਹੀਂ ਮਿਲਨੀ ਸੀ ਜਿਹੜੇ মিডিਆ ਵਾਲੇ ਰੋਜ ਤੁਰੇ ਆਂਦੇ ਮੇਰੇ ਘਰ ਖਵਾਰਾਂ ਵਾਲੇ ਤੁਰੇ ਰਹਿੰਦੇ ਚਲ 7 ਕਰੋੜ ਵਾਲਾ ਦਿਖਾਓ ਕਿਹੜੇ ਹੈਗਾ ਜੀ ਇਹ ਆ ਜੀ ਸਾਡੇ ਹਰੀਆਂ ਅੱਖਾਂ ਵਾਲੇ ਜਿਨ੍ਹਾਂ ਦਾ 7 ਕਰੋੜ ਰੁਪਇਆ ਗੋਰੀਆਂ ਨੇ ਲਾਇਆ ਸੀ ਪੌਂਡ ਡਾਲਰ ਉਹ ਮੈਂ ਦਮਾਸ਼ੋ ਨਿਕਲੇ ਮੇਰੇ ਤੇ ਉਦੋਂ ਇਹ ਉਧਰ ਬਰੀਡ ਸ਼ੋਅ ਚ ਗਿਆ ਸੀ ਕਬੂਤਰ ਤੇ ਉਦੋਂ ਇਹ ਹਰੀਆਂ ਅੱਖਾਂ ਵਾਲੇ ਮੇਰੇ ਜਿੱਤੇ ਸੀਗੇ ਤੇ ਤਹਿਲਕਾ ਮਚਾਇਆ ਸੀਗਾ ਤੇ ਆਪਾਂ ਜਿੱਤ ਕੇ ਲਿਆਏ ਸੀਗੇ ਉਹ ਵੀ ਇੰਡੀਆ ਦੇ ਕਬੂਤਰੋਂ ਤੇ ਨਾ ਜਿੱਤਣ ਇੰਡੀਆ ਦਾ ਉਦੈਨਾ ਬਹੁਤ ਹਰ ਜਗ੍ਹਾ ਐਸੇ ਪੰਜਾਬ ਤੋਂ ਗਏ ਸੀ ਅੱਛਾ ਇਹ ਹਰੀਆਂ ਅੱਖਾਂ ਵਾਲੇ ਤੁਹਾਡੀ ਤੁਹਾਡੇ ਤੋਂ ਹੀ ਆ ਨਸਲ ਹੈ ਬਿਲਕੁਲ ਜੀ ਮੈਂ ਚੈਲੰਜ ਕਰਦਾ ਨਸਲ ਮੇਕੋ ਆ ਮੇਕੋ ਬੇਅਸਲ 300 ਕੋ ਉੱਤਰ ਦੇਖ ਲਓ ਗ੍ਰੀਨ ਅੱਖਾਂ ਵਾਲਾ ਇਹ ਪਰਿਵਾਰ ਆ ਇਹਨਾਂ ਦੀ ਮੇਕੋ ਚਾਲਮੀ ਪੀੜੀ ਚੱਲਦੀ ਪਈ 40 ਪੀੜੀਆਂ ਇਹਨਾਂ ਦੇ ਦਾਦੇ ਪੋਤੇ ਦਾਦੇ ਪੜੋਤੇ ਪੜਾਤੇ ਸਾਰੇ ਚੱਲਦੇ ਪਏ ਸਾਰੀ ਨਸਲ ਮੇਕੋ ਆ ਜੀ ਇਹ ਪੰਜਾਬ ਚ ਜਾਂ ਫਿਰ ਦੇਸ਼ ਕਿਤੇ ਨਹੀਂ ਹੈਗੀ ਕਿਸੇ ਨੇ ਮੈਚ ਚੈਲੇਂਜ ਕਰਨ ਤੇ ਰਿਆ ਤੁਹਾਡੇ ਦਾ ਵੀ ਮੇਕੋ ਨਸਲ ਹੈ ਇਹ ਕਿਸੇ ਕੋ ਨਹੀਂ ਹੈਗੀ ਇਹ ਕਿਸੇ ਨੇ ਕੱਢਤੀ ਫਿਰ ਉਹ ਕੱਢ ਦੇਵੇਂ ਉਹ ਪਰ ਹੋਰ ਨਸਲ ਦੇ ਕੱਢੂੰਗਾ ਇਸ ਨਸਲ ਨੇ ਨਹੀਂ ਕੱਢੂ ਇਹ ਵੀ ਦੱਸ ਦਉ ਮੈਂ ਤੁਨ੍ਹ ਮੈਂ ਹਰ ਇਹ ਖਾਲੇ ਇੰਨੀਆਂ ਅੱਖਾਂ ਲਈ ਜਾਲਦਾਰ ਸ਼ਾਸਰੇ ਕਲਚਰੇ ਜੀਰੇ ਇਹ ਮੇਰ ਕੋ ਹੀ ਹੈ ਇਹ ਮੇਰ ਕੋ ਹੀ ਨਸਲ ਸਾਰੇ ਪਾਕਿਸਤਾਨ ਦੇ ਪਾਕਿਸਤਾਨ ਤੇ ਨਾ ਪੰਜਾਬੀ 10000 ਰੁਪਈਆ ਮੈਨੂੰ ਮੁੱਲ ਦਿੰਦੇ ਪੈ ਜੁੜੇ ਦਾ ਉਹ ਕਹਿੰਦੇ ਦੇ ਦੋ ਮੈਂ ਦਿੰਦਾ ਹੀ ਨਹੀਂ ਪਿਆ अच्छा। ਤੇ ਪਾਜੀ ਮੈਨੂੰ ਉਹ ਦੱਸੋ ਜਿਵੇਂ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ ਕੋਈ ਬੱਚਾ ਜਿਹੜਾ ਕਿਉਂਕਿ ਬੱਚੇ ਨੂੰ ਬੱਚੇ ਨੂੰ ਪਾਲਣਾ ਬਹੁਤ ਔਖਾ ਹੁੰਦਾ ਹਣਾ। ਜਦੋਂ ਕਹਿੰਦੇ ਮਾਪੇ ਮਰ ਜਾਂਦਾ ਤੇ ਉਹਨੂੰ ਬੱਚੇ ਨੂੰ ਕਿੱਦਾਂ ਪਾਲਣਾ ਉਹ ਤੁਹਾਨੂੰ ਦੱਸਦਾ ਇੱਕ ਛੋੜਾ ਬੱਚਾ ਛੋੜਾ ਬਚਪਨ ਜਿਹਦਾ 5 ਦਿਨ ਦਾ ਸ਼ਹੀਦ ਦਿਨ ਦਾ ਉਹ ਤੁਹਾਨੂੰ ਦੱਸਦਾ ਮੈਂ। ਆਵੇ ਕੋਲੀ। ਹਾਂ ਆ ਬੱਚੇ ਆ। ਇਹਨਾਂ ਦੇ ਮਾਮਾ ਮਰ ਜਾਂਦਾ। ਮ ਆਪਣੇ ਮੂੰਹ ਦੇ ਵਿੱਚ ਦਾਣਾ ਪਾ ਕੇ ਪਾਣੀ ਭਰ ਕੇ ਗਾਲਣਾ ਗਾਲਣਾ ਫਿਰ ਇਹਦੇ ਪੂੜ ਦੇ ਵਿੱਚ ਪਾਣਾ ਦੇਖਿਓ ਇਹਦਾ ਪੂੜ ਕਿਦਾਂ ਫੁੱਲਦਾ ਇਹ ਗੈਸ ਭਰੀ ਆ ਇਹ ਦਾਣਾ ਨਹੀਂ ਮੇਰੇ ਮੂੰਹ ਚ ਫਿਰ ਦਾਣਾ ਪਾ ਕੇ ਅਸੀਂ ਬੱਚਾ ਪਾਲੀਦਾ ਭਾਜੀ ਇਹ ਜੋੜਾ ਹੀ ਆ ਨਰਮਦੀ ਆ ਅੱਛਾ ਤੇ ਇਹ ਕਿੰਨੇ ਦਿਨ ਦੇ ਹੈਗੇ ਇਹ ਸਿਰਫ 5 ਦਿਨ ਦੇ ਤਾਂ ਦੱਸਿਆ ਇਹ ਪਾਈ ਦਿੰਦੇ ਆ ਵੱਡਾ ਵੀ ਦਿਖਾਉਂਦਾ ਤੁਹਾਨੂੰ ਵੱਡਾ ਵੀ ਦਿਖਾਉਂਦਾ ਉਹ ਹਾਲ ਕੇ ਬੱਚਾ ਕਿੰਨੇ ਦਿਨ ਦਾ ਹੁੰਦਾ ਜਿਹੜਾ ਆਪਣੇ ਆਪ ਫਿਰ ਚੋਕ ਲੈਣਾ ਸ਼ੁਰੂ ਕਰ ਦਿੰਦਾ ਹਲੇ ਇਹ ਵੱਡਾ ਇਹ ਆਪਣੇ ਆਪ ਚੋਕ ਲੈਂਦਾ ਹੈ ਹਾਂਜੀ ਚੋਕ ਲੈ ਥੱਲੇ ਨਹੀਂ ਚੁੱਕਦੀ ਨਾ ਹਲੇ ਮਾਪੇ ਬਾਪ ਕੋਈ ਲੈਂਦਾ ਅੱਛਾ ਹਲੇ ਤੱਕ ਤਾਂ ਅਸੀਂ ਦੇਖਭਾਲ ਕਰਨੀ ਆ ਜਦੋਂ ਇਹ ਮਹੀਨੇ ਦਾ ਹੋਏ ਨਾ ਪੂਰਾ ਉਦੋਂ ਨੇ ਆਪੇ ਹੀ ਖਾਣ ਲੱਗ ਜਣਾ ਥੱਲੇ ਉਤਰ ਜਾਣਾ ਆਪੇ ਬਾਹਰ ਤੁਰਿਆ ਫਿਰਨਾ ਖਾਣਾ-ਦਾਣਾ ਪਾਣੀ ਇਹ ਬੱਚਾ ਵੱਡਾ ਹੋ ਗਿਆ ਵਾ ਹੁਣ ਇਹ ਵੱਡਾ ਵਾ ਉਹ ਛੋਟੇ ਨਿੱਕੇ ਦਿਖਾਏ ਤੁਹਾਨੂੰ ਮੈਂ ਇਹ ਦੇਖੋ ਮੇਰੇ ਹਰੀਆਂ ਅੱਖਾਂ 'ਲੇ ਜਾਲਦਾਰੀ ਹੈ ਇਹ ਵੀ ਹਰੀਆਂ ਅੱਖਾਂ ਦੀ ਨਾ ਇਹ ਹਰੀਆਂ ਅੱਖਾਂ ਚੈਲੰਜ ਆ ਵੀ ਹਰੀਆਂ ਅੱਖਾਂ ਪਰਿਵਾਰੀ ਮੇ ਕੋ ਤੇ ਮੇਰੇ ਕੋਈ ਹੋਣੇ ਹਰੀਆਂ ਅੱਖਾਂ ਹੋਰ ਕਿਸੇ ਨੇ ਨਹੀਂ ਬਣਾ ਲੈਣੇ ਅੱਛਾ ਫਿਰ ਇਹਦਾ ਵੀ ਚੋਗ ਤੁਸੀਂ ਫਿਰ ਆਪ ਇਹਨੂੰ ਦਿੰਨੇ ਹੋ ਇੰਨੀ ਨਹੀਂ ਇਹ ਮਾਪੇ ਦੇ ਰਿਆ ਜੇ ਇਹਦੇ ਮਾਪੇ ਗੁਜਰ ਜਾਣ ਫਿਰ ਮੈਂ ਦਊਗਾ ਫਿਰ ਮੈਂ ਇਹਨੂੰ ਪਾਲੂਗਾ ਇਹੀ ਇਹੀ ਤਰੀਕੇ ਨਾਲ ਮੂੰਹ ਚ ਹਾਂਜੀ ਮੂੰਹ ਜ ਮੂੰਹ ਪਾ ਕੇ ਜਿੱਦਾਂ ਆਪਣਾ ਦਾਣਾ ਗਾਲੂਗਾ ਮੂੰਹ ਚ ਪਾਊਗਾ ਪਾਣੀ ਪਾਊਗਾ ਤੇ ਇਹਦੇ ਇਹ ਅੰਦਰ ਭਰ ਦਊਗਾ ਪੋਰ ਦੇ ਭਾਜੀ ਹੋਰ ਕਿੰਨੀ ਕ ਬਾਜ਼ੀਆਂ ਜਿੱਤ ਚੁੱਕੇ ਹਾਂ ਹੁਣ ਤੱਕ ਮੈਂ ਭਾਜੀ ਬਾਜ਼ੀਆਂ ਦਾ ਕੁਝ ਪੁੱਛੋ ਹੀ ਨਾ ਨਾ ਜਿੰਨੀਆਂ ਜਿੱਤੀਆਂ ਹੋਈਆਂ ਮੈਂ ਬਾਜ਼ੀਆਂ ਜਿੱਦਾਂ ਟੂਰਨਾਮੈਂਟ ਜਲੰਧਰ ਦੇ ਡਿਸਟ੍ਰਿਕਟ ਦੇ ਹੁੰਦੇ ਸੀਗੇ ਤੇ ਮੈਨੂੰ ਸ਼ੌਂਕ ਸੀਗਾ ਡਿਸਟ੍ਰਿਕਟ ਲੈਵਲ ਤੇ ਤੇ ਆ ਪਹਿਲਾ ਇਨਾਮ ਖੁਸ਼ ਨਹੀਂ ਹੁੰਦੇ ਸਾਈਕਲ ਹੁੰਦੇ ਟੀਵੀ ਹੁੰਦੇ ਸੀਗੇ ਔਰ ਜਾਸਪੈਨ ਪੱਖੇ ਮਿਲ ਜਾਣੇ ਉਹ ਸੀ ਲੈ ਆਣੇ ਜਿੱਤਣੇ ਫਿਰ ਮੇਰੇ ਸ਼ੌਂਕ ਪਿਆ ਵੀ ਮੈਂ ਜਿਸ ਡਿਸਟ੍ਰਿਕਟ ਦੇ ਇਨੇ ਪ੍ਰੈ ਜ ਸਕਦਾ ਤੇ ਮੈਂ ਕਿਉਂ ਨਾ ਪੰਜਾਬ ਦੇ ਲੜਾਂ ਫਿਰ ਪੰਜਾਬ ਵਾਲ ਹੋ ਗਿਆ ਪੰਜਾਬ ਫਿਰੋਜਪੁਰ ਕਰਾਂਦੇ ਸਰਦਾਰ ਕਰਮ ਸਿੰਘ ਜੀ ਮੇਰੇ ਗੁਰੂ ਆ ਜਿਹੜੇ ਤੇ ਉਹ ਕਰਾਂਦੇ ਸੀਗੇ ਤੇ ਮੈਨੂੰ ਪਤਾ ਲੱਗ ਗਿਆ ਮੈਂ ਉੱਥੇ ਐਂਟਰੀ ਕਰਾਣੀ ਸ਼ੁਰੂ ਕਰਤੀ ਫਿਰ ਉੱਥੇ ਮੈਂ ਕਰਾਈ ਚਾਰ ਪੰਜ ਵਾਰੀ ਫੇ ਉਧਰ ਪੰਜਾਬ ਦਾ ਜਲੰਧਰ ਚੋਂ ਲੱਗ ਗਿਆ ਵੀ ਇੱਥੇ ਮੈਂ 5 6 ਵਾਰੀ ਜਿੱਤੇ ਆ ਫਿਰ ਉੱਥੋਂ ਜਿੱਤੇ ਆ ਪੰਜ ਚਾਰ ਵਾਰੀ 10 ਵਾਰੀ ਪੰਜਾਬ ਚੈਂਪੀਅਨ ਕੱਪ ਜਿੱਤੇ ਆ ਮੈਂ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਫਿਰ ਦੌਰ ਆਇੰਦਾ ਵੀ ਉਹ ਤਿਹਾਈ ਲੈਵਲ ਦੇ ਪਹੁੰਚੀਏ ਫਿਰ ਇੰਡੀਆ ਦਾ ਆ ਗਿਆ ਉਹ ਆਜਮਗੜ ਹੁੰਦਾ ਜੱਬਲਪੁਰ ਹੁੰਦਾ ਬਰੇਲੀ ਹੁੰਦਾ ਰਾਮਪੁਰ ਹੁੰਦਾ ਫਿਰ ਜਿੱਥੇ ਜਿੱਥੇ ਹੁੰਦਾ ਸੀ ਮੈਂ ਉੱਥੇ ਐਂਟਰੀਆਂ ਕਰਾਣੀ ਸ਼ੁਰੂ ਕਰਤੀਆਂ ਪਹਿਲੀ ਬਰੀ ਮੈਂ ਰਾਮਪੁਰ ਐਂਟਰੀ ਕਰਾਈ ਉਦੋਂ ਚਲੋ ਪਹਿਲੀ ਬਰੀ ਨਹੀਂ ਬੰਦੇ ਨੂੰ ਕੋਈ ਨਾ ਪਤਾ ਹੁੰਦਾ ਤੇ ਉਦੋਂ ਮੈਂ ਹਰ ਗਿਆ ਸੀਗਾ ਫਿਰ ਉਸ ਤੋਂ ਬਾਅਦ ਦੂਸਰੀ ਵੀ ਕਰਾਈ ਤੇ ਮੈਂ 190 ਘੰਟੇ ਕਬੂਤਰ ਰਾਏ ਰਾਤ ਨੂੰ ਲਾਇਆ ਇਸ ਵੇਲੇ ਸਾਰੇ ਲਾਈਟਾਂ ਲਾ ਕੇ ਤੇ ਮੇਰੇ ਉਦੋਂ ਫਰਸਟ ਪ੍ਰਾਈਜ਼ ਤੇ ਮੈਂ ਕੱਪ ਇੰਡੀਆ ਦਾ ਫਿਰ ਉਸ ਤੋਂ ਬਾਅਦ ਹੋਰ ਸੀ ਤਾਂ ਵੀ ਹੋਰ ਜਿੱਤਾਂ ਮੈਂ ਫਿਰ ਕਹਿੰਦੇ ਸੁਪਰ ਇੰਡੀਆ ਕੱਪ ਹੁੰਦਾ ਹੈ ਕਿ ਉਹ ਕਿੱਦਾਂ ਹੁੰਦਾ ਉਹ ਮੇਰੇ ਸਤਾ ਨੇ ਦੱਸਿਆ ਮੈਨੂੰ ਸardar karam singh ਨੇ ਤੇ ਕਹਿੰਦੇ ਉਹ ਆਜ਼ਮਗੜ੍ਹ ਹੁੰਦਾ ਮੈਂ ਕਿਹਾ ਆਜ਼ਮਗੜ੍ਹ ਮੈਂ ਐਂਟਰੀ ਦਊਗਾ ਕਿੱਦਾਂ ਉਹ ਕਹਿੰਦੇ ਤੂੰ ਬੇਫਿਕਰ ਹੋ ਜਾ ਮੈਂ ਕਰਾਉਂਗਾ ਮੈਂ ਰੇਲਵੇ 'ਚ ਆ ਤੈਨੂੰ ਲੈਣਾ ਮੈਂ ਆਪਣੀ ਐਂਟਰੀ ਕਰਾਣੀ ਆ ਰੇਲਵੇ 'ਚ ਉਹਨਾਂ ਨੇ ਫਰੀਜ਼ ਸੀਗੇ ਉਹ ਵੱਡੇ ਅਫਸਰ ਸੀਗੇ ਰੇਲਵੇ 'ਚ ਤੇ ਲਓ ਜੀ ਉਹਨਾਂ ਨੇ ਸਾਡੀ ਉੱਥੇ ਆਜ਼ਮਗੜ੍ਹ ਐਂਟਰੀ ਕਰਾਈ ਤੇ ਮੈਂ ਉੱਥੇ ਵੀ ਕਿ ਸੁਪਰ ਇੰਡੀਆ 'ਚ ਕਰਾਈ ਤੇ ਉਹਨਾਂ ਮੈਂ ਪੁੱਛਿਆ ਵੀ ਕਿੱਦਾਂ ਹੁੰਦਾ ਸੁਪਰ ਇੰਡੀਆ ਸਰ ਨੌਲੇਜ ਨਹੀਂ ਸੀਗੀ ਕਹਿੰਦੇ ਇੱਕ ਸਰਦੀਆਂ ਦਾ ਮੁਕਾਬਲਾ ਹੋਣਾ ਇੱਕ ਗਰਮੀਆਂ ਦਾ ਹੋਣਾ ਕਹਿੰਦਾ ਗਰਮੀਆਂ 'ਚ ਵੀ ਡਾਣੇ ਪੈਣ ਸਰਦੀਆਂ ਵੀ ਡਾਣੇ ਪੈਣੇ ਮੈਂ ਗਰਮੀਆਂ 'ਚ ਕਿਦਾਂ ਕਹਿੰਦਾ ਗਰਮੀਆਂ ਜਿੰਨੇ ਘੰਟੇ ਟੋਡਲ ਕਰੂੰਗਾ ਤੇ ਰਿਸਿਵ ਹੋਣੇ ਤੇ ਫਿਰ ਸਰਦੀਆਂ ਦਾ ਵੀ ਹੋਣੇ ਆ ਕਹਿੰਦਾ ਦੋਨਾਂ ਦੇ ਟੋਡਲ ਘੰਟੇ ਕਰਕੇ ਫਿਰ ਨੂੰ ਸੁਪਰਸਟਾਰ ਅਵਾਰਡ ਮਿਲਣਾ ਮੈਂ ਕਹਾਂ ਜੀ ਅੱਛਾ ਜੀ ਕਮਾਲ ਮੈਂ ਗਰਮੀਆਂ 'ਚ ਕਬੂਤਰ 105 ਘੰਟੇ ਡਾਟ ਤੇ ਵਧੀਆ ਉੱਡੇ ਕਬੂਤਰ ਮੇਰੇ ਉਹਦੇ 11 ਕਬੂਤਰ ਉੱਡੇ ਸੀ ਫਿਰ ਉਸ ਤੋਂ ਬਾਅਦ ਕਬੂਤਰ 23 ਕਬੂਤਰ ਉੱਡੇ ਸਰਦੀਆਂ 'ਚ ਤਿੰਨ ਪਲੈਂਟੇਟ ਪਰ ਹੁੰਦੇ ਆ ਤੇ 20 ਕਬੂਤਰਾਂ ਦਾ ਟਾਈਮ ਲੱਗਦਾ ਫਿਰ ਮੈਂ ਉਹਦੇ ਵਿੱਚ 225 ਘੰਟੇ ਕਬੂਤਰਾਂ ਦੇ ਦੇਖੋ ਕਿੰਨਾ ਟੋਟਲ ਹੋ ਗਿਆ 225 ਤੇ 105 ਹਾਂ ਕਿੰਨੇ ਹੋ ਗਏ ਦੇਖ ਲਓ ਵੀ ਇੰਦਾ ਟੋਟਲ ਹੋ ਗਿਆ ਫਿਰ ਉਹ ਨਾਲ ਟੋਟਲ ਦਾ ਮੈਨੂੰ ਸੁਪਰਸਟਾਰ ਵਾਰ ਦੇ ਦਿੱਤਾ ਤੇ ਫਿਰ ਕਹਿੰਦੇ ਕਿ ਸੁਪਰ ਬਿਲਕੁਲ ਸਟਾਰ ਬਿਲਕੁਲ ਸੁਪਰਸਟਾਰ ਬੰਨਾ ਤੂੰ ਉਹ ਕਰੂੰਗਾ ਮੈਂ ਉੱਚ ਕਿੰਨੇ ਕਬੂਤਰ ਉੜਦੇ ਆ 101 ਕਬੂਤਰ ਉੜਦਾ ਮੇਗਾ ਕਬੂਤਰ ਬਹੁਤ ਆ ਜੀ ਤੇ ਕਹਿੰਦਾ ਜੇ ਦਾਣਾ ਤੇ ਫਿਰ ਤੁਹਾਡਾ ਨਾਮ ਵੀ ਤੁਹਾਡੇ ਬੰਨਾ ਮੈਂ ਆ ਕੇ ਤਿਆਰੀ ਕਰਨੀ ਸ਼ੁਰੂ ਕਰਤੀ 100 ਕਬੂਤਰ ਇਕੱਠਾ ਕਰ ਲਿਆ ਮੈਂ ਉਹਦਾ 300 ਕਬੂਤਰ ਇਕੱਠਾ ਕੀਤਾ ਤੇ 100 ਕਬੂਤਰ ਮੜਾਇਆ ਤੇ ਮੈਂ ਉਹਦੇ ਵਿੱਚ ਵੀ ਕਬੂਤਰ ਉਡਾ ਕੇ ਕਮਾਲ ਦਿਖਾਤੇ 520 ਕੈਂਡਾ ਡਾਏ ਤੇ ਰਾਤ ਨੂੰ ਕਬੂਤਰ ਬੈਠੇ ਤੇ ਉਦੋਂ ਵੀ ਜਿੱਤ ਗਲੇ ਮੈਂ ਉਹ ਵੀ ਜਿੱਤਿਆ 520 ਕੈਂਡਾ ਆ ਗਏ ਤੇ ਉਹ ਵੀ ਮੇਰਾ ਨਾਮ ਬਣਿਆ ਵੀ ਦੇਖੋ ਜਦੋਂ ਮੈਂ ਹਾਈ ਲੈਵਲ ਤੇ ਜਾਣਾ ਫਿਰ ਨਾਂ ਤੇ ਬਣਾਉਣਾ ਹੀ ਪੈਣਾ ਫਿਰ ਉਸ ਤੋਂ ਬਾਅਦ ਦੌਰ ਆਇਆ ਇੰਡੀਆ ਦੇ ਸਾਰੇ ਜਿੱਤ ਲੈ ਸੁਪਰ ਵੀਜ਼ ਇੰਡੀਆ ਜਿੱਤ ਲੈ ਸਾਰੇ ਮੁਕੱਬ ਜਿੱਤ ਲੈ ਫਿਰ ਮੇਰੇ ਗੁਰੂ ਜੀ ਨੂੰ ਗਿਆ ਆਪਣੇ ਮੈਂ ਕਿਹਾ ਉਸਤਾਦ ਜੀ ਇੱਕ ਨਾਂ ਕਹਿੰਦੇ ਆ ਨਸਲਿੰਗ ਸ਼ੋਅ ਹੁੰਦਾ ਬਾਹਰਲੀ ਕੈਂਟੀ ਬਰੀਡ ਸ਼ੋਅ ਮੈਂ ਕੈਨੇਡਾ ਅਮਰੀਕਾ ਜੁਕੇ ਵੀ ਹੁੰਦਾ ਤੇ ਕਹਿੰਦਾ ਫੇਰ ਸਕਦਾ ਲਵਾਂਗਾ ਮੈਂ ਕਿਹਾ ਉਸਤਾਦ ਜੀ ਮੇਰੇ ਚੇਲੇ ਥੋੜੇ ਆ ਉੱਤੇ ਤੇ ਚੇਲੇ ਤੇ ਮੇਰੀ ਮਦਦ ਕਰਨਗੇ ਹੀ ਕਹਿੰਦਾ ਚਲ ਦੇਖ ਲੈ ਟਰਾਈ ਮਾਰ ਕੇ ਮੈਂ ਆਪਣੇ ਦੋਸ਼ਗਿਰਦਾਂ ਨੂੰ ਫੋਨ ਕੀਤਾ ਅਮਰੀਕਾ ਦਾ ਕੈਨੇਡਾ ਮੈਂ ਕਿਹਾ ਕਿ ਕਬੂਤਰ ਲੈ ਜਾ ਸਕਦੇ ਮੇਰੇ ਉਹ ਕਹਿੰਦੇ ਭਾਜੀ ਆ ਕੇ ਕਿਉਂ ਨਹੀਂ ਲੈ ਕੇ ਜਾਣੇ ਉਸਤਾਦ ਜੀ ਤੁਹਾਡੇ ਕੋਲ ਸਿੱਖੇ ਸਾਰੇ ਕਬੂਤਰ ਬਾਜੀ ਉਧਰ ਵੀ ਰੱਖੇ ਹੋਏ ਆ ਤੇ ਕਹਿੰਦੇ ਅਸੀਂ ਰੀਡ ਸ਼ੁਰੂ ਛੜਾਂਗੇ ਕਬੂਤਰ ਉਹਨਾਂ ਨੇ ਮੇਰੇ ਕਬੂਤਰ ਜੀ ਪਿੰਜਰੇ ਚ ਪਾਗ ਲੈ ਗਏ ਪਿੰਜਰੇ ਜਿਹੜੇ ਹੁੰਦੇ ਆ ਹੈਵੀ ਐਂਗਲ ਦੇ ਹੁੰਦੇ ਆ ਜਾਚ ਜਾਣੇ ਹੁੰਦੇ ਆ ਵੀ ਉੱਤੇ ਕੋਈ ਚੀਜ਼ ਜੇ ਹੈ ਫਿਸ ਨਾ ਜਾਵੇ ਪਿੰਜਰਾ ਉਹ ਵਧੀਆ ਹੈਂਗ ਐਂਗਲ ਦੇ ਪਿੰਜਰੇ ਬੰਦੇ ਆ ਤੇ ਉਹ ਲੈ ਗਏ ਜੀ ਮੇਰੇ ਕਬੂਤਰ ਉਧਰ ਦੋ ਜੋੜੇ ਤੇ ਉਹਨਾਂ ਨੇ ਇੱਕ ਜੋੜਾ ਮੇਰਾ ਸ਼ੋਸ਼ ਛੱਡ ਦਿੱਤਾ ਤੇ ਉਹ ਗੋਰਿਆਂ ਦੀਆਂ ਗੱਲਾਂ ਕਾਫੀ ਹੁੰਦੀਆਂ ਪਈਆਂ ਬਾਰ-ਬਾਰ ਉਹ ਕਹਿੰਦਾ ਯਾਰ ਤੇਰੇ ਕਬੂਤਰਾਂ ਨਾਂ ਬਾਰ-ਬਾਰ ਲੈ ਰਹੇ ਆ ਹਰੀਆਂ ਅੱਖਾਂ ਦੇ ਕਿੱਥੋਂ ਆਏ ਹੋਏ ਆ ਉਹ ਕਹਿੰਦਾ ਜਿਲੰਦਰ ਤੋਂ ਸਰਵਨ ਸਿੰਘ ਆ ਕਲੇਰ ਉਹਨੇ ਭੇਜੇ ਆ ਤੇ ਕਹਿੰਦਾ ਫਿਰ ਉਹਦੇ ਨਾਂ ਤੇ ਐਂਟਰ ਹੋਏ ਹੋਏ ਆ ਹਾਂ ਕਹਿੰਦਾ ਤੁਹਾਡੀ ਦੇਖ ਲਓ ਕਿ ਡੈਰੀ ਚ ਐਂਟਰੀ ਉਹਦੇ ਨਾਂ ਤੇ ਕਰਾਈ ਆ ਅਸੀਂ ਉਹਦੇ ਸ਼ਾਗਿਰਦਾਂ ਤੇ ਮੈਨੂੰ ਦੱਸਦੇ ਆ ਤੇਰੇ ਕਬੂਤਰ ਤਾਂ ਬਾਰ-ਬਾਰ ਗੋਰੇ ਨਾਂ ਲੈਂਦੇ ਪਏ ਆ ਵੀ ਤੇਰੇ ਕਬੂਤਰ ਵਰਲਡ ਚੈਂਪੀਅਨ ਸ਼ਾਇਦ ਬਣ ਵੀ ਸਕਦੇ ਆ ਮੈਂ ਕਹਿੰਦਾ ਬਹੁਤ ਖੁਸ਼ੀ ਹੋਊਗੀ ਜੇ ਵਰਲਡ ਚੈਂਪੀਅਨ ਬਣਨ ਹੋਰ ਕੀ ਚਾਹੀਦਾ ਮੈਨੂੰ ਲੋ ਜੀ ਕਹਿੰਦਾ ਅੱਧੇ ਘੰਟੇ ਬਾਅਦ ਫੋਨ ਕਰ ਦੇ ਤੈਨੂੰ ਉਹਨਾਂ ਨੂੰ ਰਿਜ਼ਲਟ ਆਊਟ ਕਰ ਲੈਂਦੇ ਲੋ ਜੀ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਉਂਦਾ ਮੇਰੇ ਸ਼ਾਗਿਰਦ ਦਾ ਮੈਂ ਕਿਹਾ ਬੇਟਾ ਕਿਦਾਂ ਕੀ ਬਣਿਆ ਕਹਿੰਦਾ ਸਤਾਰ ਜੀ ਤੁਹਾਨੂੰ ਮੁਬਾਰਕਾਉਣ ਬਹੁਤ ਬਹੁਤ ਮੈਂ ਕਾਹਦੀਆਂ ਮੁਬਾਰਕਾਂ ਕਹਿੰਦਾ ਤੁਹਾਡੇ ਕਬੂਤਰ ਵਰਲਡ ਚੈਂਪੀਅਨ ਬਣ ਗਿਆ ਹਰੀਆਂ ਅੱਖਾਂ ਦੇ ਕੋਈ ਨਹੀਂ ਆਏ ਤੁਹਾਡੇ ਹੀ ਆਏ ਗੱਲਿਆਂ ਦੇ ਤੇ ਮੈਂ ਇੰਨਾ ਖੁਸ਼ ਵੀ ਵਰਲਡ ਚੈਂਪੀਅਨ ਮੇਰੇ ਕਬੂਤਰ ਬਣ ਗਿਆ ਮੈਨੂੰ ਕੋਈ ਵਰਲਡ ਚੈਂਪੀਅਨ ਬਣਾਤਾ ਕਬੂਤਰ ਨੇ ਕਬੂਤਰਾਂ ਦੀ ਬਦੌਲਤ ਮੈਂ ਵਰਲਡ ਚੈਂਪੀਅਨ ਬਣਿਆ ਮੈਨੂੰ ਬੜ ਮੈਨੂੰ ਪ੍ਰਧਾਨ ਮੰਤਰੀਆਂ ਨੇ ਮੁੱਖ ਮੰਤਰੀਆਂ ਸਾਰਿਆਂ ਨੇ ਵਾਰਡ ਦਿੱਤੇ ਟੋਟਲ ਜਿੰਨੇ ਐਮਪੀ ਐਮਐਲਏ ਸਾਰਿਆਂ ਕੋ ਵੱਥੋਂ ਮੈਂ ਵਾਰਡ ਲੈ ਚੁੱਕਾ ਸਾਰਿਆਂ ਨਾਲ ਮੇਰੇ ਨਾਲ ਫੋਟੋ ਆ ਮੋਦੀ ਸਾਹਿਬ ਨਾਲ ਵੀ ਮੇਰੀ ਫੋਟੋ ਅੱਛਾ ਮਤਲਬ ਵਰਲਡ ਦੇ ਵਿੱਚ ਫਿਰ ਕੋਈ ਕੋਈ ਵੀ ਗ੍ਰੀਨ ਅੱਖਾਂ ਵਾਲਾ ਨਹੀਂ ਆਇਆ ਨਹੀਂ ਜੀ ਬਿਲਕੁਲ ਨਹੀਂ ਕੋਈ ਮੇਰੀ ਹੱਲੇ ਤੱਕ ਮੈਂ ਚੈਲੰਜ ਕਰਦਾ ਮੈਂ ਇਨੇ ਪੰਜਾਬ ਚ ਬ੍ਰਿਟਿਸ਼ ਹੁੰਦੇ ਆ ਉਸ ਚ ਵੀ ਮੇਰੇ ਹੀ ਆਂਦੇ ਹੋਰ ਕਿਸੇ ਦੇ ਆਂਦੇ ਨਹੀਂ ਗ੍ਰੀਨ ਅੱਖਾਂ ਵਾਲੇ ਤੇ ਇਸ ਤੋਂ ਇਲਾਵਾ ਫਿਰ ਉਸ ਸਮੇਂ ਹੀ 7 ਕਰੋੜ ਰੁਪਇਆ ਰੇਟ ਲਗਾਇਆ ਗਿਆ ਸੀ ਉਹ ਗੋਰੀਆਂ ਲਾਇਆ 7 ਕਰੋੜ ਤਾਂ ਵੀ ਦੱਸਾਂ ਤੁਹਾਨੂੰ ਮੈਂ ਸਮਝਾਵਾਂ ਵੀ ਉਹ ਕਬੂਤਰ ਤੂੰ ਇੱਥੇ ਛੱਡ ਜਾ ਤੇ ਆਪਣਾ 7 ਕਰੋੜ ਰੁਪਇਆ ਡਾਲਰ ਪਾਉਂਡ ਲੈ ਕੇ ਵਾਪਸ ਹੋ ਜਾ ਅਸੀਂ ਚੈੱਕ ਦੇ ਦਿੰਦੇ ਨੇ ਤੈਨੂੰ ਮੈਂ ਕਹਾ ਨਹੀਂ ਮੈਂ ਗੋਲਡ ਮੈਂਡਰ ਲੈ ਕੇ ਜਾਣਾ ਆਪਣੇ ਦੇਸ਼ ਵਾਸਤੇ ਗੋਲਡ ਮੈਂਡਰ ਮੈਂ ਲੈ ਕੇ ਆ ਆਪਣੇ ਦੇਸ਼ ਵਾਸਤੇ ਤੇ ਹੁਣ ਦੇਖੋ ਮੇਰੇ ਮਗਰ মিডিਆ ਮੇਰੇ ਮੇਰੇ ਪਿੱਛੇ ਭਗੁੰਮਦਾ ਨਹੀਂ ਤਾਂ ਮੈਂ মিডিਆ ਪਿੱਛੇ ਭਗੁਮਣਾ ਸੀ ਹੁਣ মিডিਆ ਮੇਰੇ ਘਰ ਹਰ ਰੋਜ਼ ਤੁਰਿਆ ਆਇਆ ਹੀ ਰਹਿੰਦਾ ਤੁਰਿਆ ਹੀ ਰਹਿੰਦਾ ਵੀ ਇਹ ਇੰਟਰਵਿਊ ਕਰੀਏ ਪਾਜੀ ਠੀਕ ਹੈ ਪਾਜੀ ਬਹੁਤ ਬਹੁਤ ਧੰਨਵਾਦ ਔਰ ਇਹ ਸਾਰਾ ਜਿੰਨੀ ਯਾਦਾਂ ਤੁਸੀਂ ਸਾਂਝੀ ਕੀਤੀਆਂ ਤੇ ਜੋ ਵੀ ਸਾਹਮ ਕੇ ਰੱਖਿਆ ਮੈਨੂੰ ਨਹੀਂ ਲੱਗਦਾ ਵੀ ਸ਼ਹਿਰ ਦੇ ਵਿੱਚ ਕੋਈ ਹੋਣ ਵੀ ਰੱਖਤਾ ਹੋਵੇਗਾ ਜਲੰਧਰ ਸ਼ਹਿਰ ਦੇ ਵਿੱਚ ਬਾਈ ਜੀ ਰਹਿੰਦੇ ਨੇ ਪਿੰਡਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੇ ਆ ਹਨਾ ਸ਼ਹਿਰਾਂ ਦੇ ਵਿੱਚ ਟਾਵਾ ਟਾਵਾ ਹੀ ਹੈ ਕੋਈ ਮੈਨੂੰ ਨਹੀਂ ਲੱਗਦਾ ਸ਼ਹਿਰਾਂ 'ਚ ਰੱਖਿਆ ਜੀ ਕਾਫੀ ਰੱਖਿਆ ਹੁਣ ਤਾਂ ਸ਼ਹਿਰਾਂ 'ਚ ਸ਼ੌਂਕ ਬਹੁਤ ਜ਼ਿਆਦਾ ਵੱਧ ਗਿਆ ਸ਼ਹਿਰਾਂ 'ਚ ਪਹੁੰਚ ਗਿਆ ਹੁਣ ਹਾਂਜੀ ਹਾਂਜੀ ਬਹੁਤ ਸ਼ਹਿਰਾਂ 'ਚ ਸ਼ੌਂਕ ਹੋ ਗਿਆ ਹੁਣ ਤਾਂ ਹਨ ਕਹਿੰਦੇ ਨੇਤਾ ਨੇ ਵੀ ਰੱਖੇ ਐਮ ਐਲ ਏ ਨੇ ਵੀ ਰੱਖੇ ਐਮ ਪੀ ਨੇ ਵੀ ਰੱਖੇ ਹੋਏ ਆ ਅੱਛਾ ਬਦਲ ਸਾਹਿਬ ਨੇ ਵੀ ਦਿੱਤੇ ਉਹ ਸ਼ੌਂਕ ਵੱਜ ਜਾਂਦਾ ਤਾਂ ਬਿਲਕੁਲ ਜਿਵੇਂ ਦੱਸਿਆ ਤੁਹਾਨੂੰ ਦਿਖਾਇਆ ਔਰ ਇਸ ਤੋਂ ਇਲਾਵਾ ਬਾਲੀਵੁੱਡ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਇਹਨਾਂ ਦੇ ਕਬੂਤਰ ਤੇ ਨਾਲ ਦੀ ਨਾਲ ਬਾਦਲ ਪਰਿਵਾਰ ਦੇ ਨਾਲ ਵੀ ਇਹ ਕਬੂਤਰਾਂ ਦੀ ਬਾਜ਼ੀ ਲਗਾ ਚੁੱਕੇ ਨੇ ਕੈਮਰਾ ਪਰਸਨ ਧਰਮਪ੍ਰੀਤ ਸਿੰਘ ਦੇ ਨਾਲ ਰਾਹੁਲ ਕਾਲਾ ਪ੍ਰੋ ਪੰਜਾਬ ਟੀਵੀ ਜਲੰਧਰ